वाहेगुरु जी का खालसा वाहेगुरु जी की फतेह। श्रोमणी गुरद्वारा प्रबंधक कमेटी जिहड़ी गुरद्वारा साहिबान का सच्चा प्रबंध भी देखती है, उहदे नाल नाल श्रोमणी गुरद्वारा प्रबंधक कमेटी वालों वख वख एजुकेशन के अदारे भी जिहड़े सारे चलाए जा रहे हैं, जिन्हां दे विच साढ़े कोल लगभग 52 जिहड़े साढ़े सीनियर सैकेंडरी स्कूल ते मैट्रिक तक दे स्कूल आ, और 33 साढ़े कोल कॉलेज चलते हैं। उहदे नाल दी नाल ननकाणा साहब जिहड़ा साढ़ा एजुकेशन ट्रस्ट अमृतसर लुधियाणे वाला, वह जिथे डिग्री कॉलेज चलता नाल पॉलीटेक्निक चलता, उहदे नाल 10 साढ़े CBSE पैटर्न के जिहड़े उह स्कूल भी उत्थे चल रहे हैं। ਉਹ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਪੋਲੀਟੈਕਨਿਕ ਕਾਲਜ, ਇਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਉਹ ਵੀ ਐਜੂਕੇਸ਼ਨ ਦੇ ਵਿੱਚ ਆਪਣੀਆਂ ਉਚਾਈਆਂ 'ਤੇ ਪਹੁੰਚੀ ਵਾ। ਇਸੇ ਤਰ੍ਹਾਂ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੇ ਨਾਲ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੀ ਚੱਲ ਰਹੀ ਆ। ਮੀਰੀ ਪੀਰੀ ਸਾਡਾ ਹੋਸਪਿਟਲ, ਉਹ ਵੀ ਹਰਿਆਣੇ ਦੇ ਵਿੱਚ ਚੱਲ ਰਿਹਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਆ ਕਿ ਇਹ ਜਿਹੜੇ ਸਕੂਲ ਅਤੇ ਕਾਲਜਿਜ ਆ ਜਿੱਥੇ ਇਹ ਸਮਾਜਿਕ ਤੌਰ 'ਤੇ ਸਿੱਖਿਆ ਦੇ ਤੌਰ 'ਤੇ ਅੱਖਰਾਂ ਦਾ ਗਿਆਨ ਦੇ ਰਹੇ ਬੱਚਿਆਂ ਨੂੰ, ਉੱਥੇ ਅਧਿਆਤਮਿਕਤਾ ਦੇ ਮਾਰਗ 'ਤੇ ਅਤੇ ਅੱਜ ਕੱਲ੍ਹ ਦੇ ਜਿਹੜੀਆਂ ਸਮਾਜਿਕ ਕਰੀਤੀਆਂ ਅਤੇ ਸਮਾਜਿਕ ਤੌਰ ਦੇ ਉੱਤੇ ਨਸ਼ੇ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਕੂਲਾਂ ਤੋਂ ਸਾਰਿਆਂ ਤੋਂ ਜਿਹੜੇ ਬਾਹਰ ਚਲਾ ਰਹੇ ਉਹਨਾਂ ਤੋਂ ਕਈ ਵਾਰੀ ਇਵੇਂ ਦੀਆਂ ਖਬਰਾਂ ਆਉਂਦੀਆਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਮੁੱਚੀ ਸਿੱਖ ਸੰਗਤ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਸੰਸਥਾਵਾਂ ਤੁਹਾਡੀਆਂ, ਇਹ ਨਿਰੋਲ ਖਾਲਸਾ ਹੀ ਸਾਰੀਆਂ ਹੈਗੀਆਂ ਸੰਸਥਾਵਾਂ ਚੱਲਦੀਆਂ, ਇਹਨਾਂ ਸਕੂਲਾਂ ਦੇ ਅਤੇ ਕਾਲਜਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਈਏ, ਕਿਉਂਕਿ ਉਹਦਾ ਇੱਕ ਵੱਡਾ ਬੈਨੀਫਿਟ ਇਹ ਆ ਵੀ ਜਿੱਥੇ ਇਹ ਯੂਨੀਵਰਸਿਟੀ ਪੱਧਰ ਦੀ ਨਹੀਂ ਐਜੂਕੇਸ਼ਨ ਲੈਣੀ ਆ ਜਾਂ ਬੋਰਡ ਪੱਧਰ ਦੀ ਜਾਂ CBSE ਪੱਧਰ ਦੀ, ਉੱਥੇ ਨਾਲ ਦੀ ਨਾਲ ਅਧਿਆਤਮਿਕਤਾ ਦੀ ਅਤੇ ਧਾਰਮਿਕ ਟੀਚਰ ਦੇ ਤੌਰ 'ਤੇ ਜਿਹੜੀ ਆ ਰੁਚੀ ਬੱਚਿਆਂ ਦੇ ਵਿੱਚ ਜਿਹੜੀ ਅੱਜ ਘੱਟਦੀ ਜਾ ਰਹੀ ਆ, ਉਹ ਵੀ ਇਹ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਨਵੇਂ ਤੌਰ ਦੇ ਉੱਤੇ ਭਾਵੇਂ ਪਹਿਲਾਂ ਵੀ ਚੱਲਦੇ ਸੀ ਉਹ ਸਾਰਿਆਂ ਨੂੰ ਉਦੇਸ਼ ਕੀਤੇ ਆ। ਸੋ ਸਮੂਹਿਕ ਤੌਰ 'ਤੇ ਮੈਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ, ਇਹ ਸੰਸਥਾਵਾਂ ਵੀ ਤੁਹਾਡੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਵੀ ਪੰਥ ਦੀ ਸਰਮੌਰ ਸੰਸਥਾ ਆ, ਅਤੇ ਇਸ ਸਾਲ ਸਾਡੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਟਰੈਂਥ ਵਧੀ ਆ, ਅਤੇ ਅਸੀਂ ਤੁਹਾਨੂੰ ਯਕੀਨ ਵੀ ਦਿਵਾਉਂਦੇ ਹਾਂ ਕਿ ਜਿੱਥੇ ਤੁਹਾਡੇ ਅਕੈਡਮਿਕ ਤੌਰ 'ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਊਗੀ, ਉੱਥੇ ਨਾਲ ਦੀ ਨਾਲ ਗੁਰਬਾਣੀ ਦੇ ਔਰ ਪਵਿੱਤਰ ਗੁਰਮਤ ਦੇ ਜਿਹੜੇ ਸਿਧਾਂਤ ਆ ਉਹਨਾਂ ਤੋਂ ਵੀ ਬੱਚਿਆਂ ਨੂੰ ਜਾਣੂ ਕਰਾਇਆ ਜਾਂਦਾ, ਤਾਂ ਕਿ ਆਹ ਮਾਡਰਨ ਜਿਹੜੀ ਸੁਸਾਇਟੀ ਜਿਹਦੇ ਵਿੱਚ ਬਹੁਤ ਕੁਝ ਅੱਜ ਨਿਮਾਨਤਾ ਵੱਲ ਨੂੰ ਜਾ ਰਿਹਾ, ਉਹਨਾਂ ਤੋਂ ਬਚਣ ਲਈ ਵੀ ਇਹਨਾਂ ਬੱਚਿਆਂ ਨੂੰ ਉਚੇਚੇ ਤੌਰ ਦੇ ਉੱਤੇ, ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਜਿਹੜੇ ਟੀਚਰ ਆ ਉਹ ਧਾਰਮਿਕ ਤੌਰ 'ਤੇ ਵੀ ਅਤੇ ਸਿੱਖਿਆ ਦੇ ਤੌਰ ਦੇ ਉੱਤੇ ਵੀ ਇਹ ਸਿੱਖਿਆ ਦਿੰਦੇ। ਦੂਸਰੀ, ਅੱਜ ਅਸੀਂ ਜਿੱਦਾਂ ਵੱਖ ਵੱਖ ਸਾਰੇ ਇੱਥੇ ਕਾਲਜਿਸ ਸਕੂਲਸ ਦੇ ਵਿੱਚ ਸਪੋਰਟਸ ਚੱਲਦਾ, ਇਸੇ ਤਰ੍ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਦੀ ਅਕੈਡਮੀ, ਹਾਕੀ ਦੀ ਅਕੈਡਮੀ, ਅਤੇ ਉਹਦੇ ਨਾਲ ਨਾਲ ਹੁਣ ਅਸੀਂ ਯਤਨ ਇਹ ਵੀ ਕਰ ਰਹੇ ਹਾਂ ਕਿ ਬੱਚੇ ਜਿਹੜੇ ਆ ਲੜਕੇ ਉਹਨਾਂ ਦੀ ਵੀ ਅਤੇ ਲੜਕੀਆਂ ਦੀ ਵੀ, ਉਹ ਵੀ ਜਿਹੜੀਆਂ ਸਰੀਰਕ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਗੇਮਾਂ ਆ ਉਹਨਾਂ ਨੂੰ ਵੀ ਪ੍ਰਫੁੱਲਿਤ ਕੀਤਾ ਜਾਵੇ, ਚਾਹੇ ਫੁੱਟਬਾਲ ਆਦਿ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਤੌਰ 'ਤੇ ਬੇਨਤੀ ਕਰਦਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੰਦ ਆ ਕਿ ਜਿੱਥੇ ਐਜੂਕੇਸ਼ਨ ਦੇ ਅਕੈਡਮਿਕ ਤੌਰ ਦੇ ਉੱਤੇ ਪੜ੍ਹਾਈ ਵਧੀਆ, ਉੱਥੇ ਧਾਰਮਿਕ ਤੌਰ ਦੇ ਉੱਤੇ ਵੀ ਉਹਨਾਂ ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦਿੰਦੀ ਜਾਂਦੀ ਆ। ਸੋ ਵੱਧ ਤੋਂ ਵੱਧ ਬੱਚੇ ਆਪਾਂ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈਏ, ਤਾਂ ਕਿ ਉਹ ਬੱਚੇ ਗੁਰਸਿੱਖੀ ਦੀ ਪਰਿਪੱਕਤਾ ਦੇ ਵਿੱਚ ਵੀ ਆਉਣ, ਅਤੇ ਮਾਤਾ ਪਿਤਾ ਦੀ ਅਤੇ ਪੰਜਾਬੀ ਦੀ ਖਾਸ ਕਰਕੇ ਜਿੱਥੇ ਮਾਤਾ ਪਿਤਾ ਦੀ ਸੇਵਾ ਕਰਨ, ਉੱਥੇ ਪੰਜਾਬੀ ਨੂੰ ਚੇਚੇ ਤੌਰ ਦੇ ਉੱਤੇ ਵੀ ਪ੍ਰਫੁੱਲਿਤ ਕੀਤਾ ਜਾਂਦਾ। ਸੋ ਵੱਧ ਤੋਂ ਵੱਧ ਇਹਨਾਂ ਸਕੂਲਾਂ ਕਾਲਜਾਂ ਦਾ ਆਪਾਂ ਸਾਰੇ
प्रॉपर जिहड़ा मैं समझदा साडे विचों अज उखड़ रहा उहदा आपां सारे फायदा लईए। बहुत बहुत धन्यवाद। वाहिगुरू जी का खालसा, वाहिगुरू जी की फतह।